ਕਈ ਵਾਰੀ ਜ਼ਿੰਦਗੀ ਵਿੱਚ ਅਪਮਾਨ ਦੀ ਜਦੋਂ ਸੱਟ ਵੱਜਦੀ ਏ, ਘਾਟੇ ਦੀ ਸੱਟ ਪੈਂਦੀ ਏ, ਦੁੱਖ ਦੀ ਸੱਟ ਪੈਂਦੀ ਏ, ਪਰਿਵਾਰ ਦੀ ਕੋਈ ਸੱਟ ਪੈਂਦੀ ਏ, ਦੋ ਜਾਂ ਤਾਂ ਬੰਦੇ ਟੁੱਟ ਜਾਂਦੇ ਆ ਅਤੇ ਜਾਂ ਫਿਰ ਉਸ ਸੱਟ ਤੋਂ ਬਾਅਦ ਗੁਰੂ ਦਾ ਆਸਰਾ ਲੈ ਕੇ ਖਲੋ ਜਾਂਦੇ ਆ। ਕਹਿੰਦੇ ਆ, ਦਾਤਾ ਜੇ ਤੂੰ ਨਾ ਸੱਟ ਮਾਰੀ ਹੁੰਦੀ ਤਾਂ ਮੈਂ ਇੱਧਰ ਚੱਲਦਾ ਕਿਵੇਂ। ਹਰ ਸੱਟ ਜਿਹੜੀ ਏ ਟੁੱਟਣ ਲਈ ਨਹੀਂ ਹੁੰਦੀ, ਘਮਿਆਰ ਉੱਤੋਂ ਸੱਟਾਂ ਮਾਰਦਾ, ਪਹਿਲਾਂ ਵੇਖੋ ਇੰਨੀ ਮਿਹਨਤ ਕਰਦਾ, ਮਿੱਟੀ ਲਿਆਉਂਦਾ, ਗੋਂਦਾ, ਚੱਕ ਤੇ ਚਾੜ ਕੇ ਘੁਮਾਉਂਦਾ, ਫਿਰ ਉੱਤੋਂ ਸੱਟਾਂ ਮਾਰਦਾ। ਵੇਖਣ ਵਾਲਾ ਕਹਿੰਦਾ ਇੰਨੀ ਮਿਹਨਤ ਕਰਕੇ ਤੋੜਨ ਲੱਗਾ, ਅੱਗੋਂ ਉੱਤਰ ਮਿਲਦਾ ਨਹੀਂ, ਇੱਕ ਹੱਥ ਸੱਟ ਵਾਲਾ ਵੇਖ ਦਿਓ ਜਿਹੜਾ ਸਹਾਰਾ ਦਿੱਤਾ, ਉਹ ਤਾਂ ਦੇਖੋ ਜਦੋਂ ਸੱਟ ਪੈਂਦੀ ਉਹ ਗੁਰੂ ਸ਼ਬਦ ਸਹਾਰਾ ਬਹੁਤ ਦਿੰਦਾ। ਅਤੇ ਸੱਟ ਕਿਉਂ ਮਾਰ ਰਹੇ ਹੋ? ਘੁਮਾਰ ਕਹਿੰਦਾ ਇਸ ਕਰਕੇ ਮਾਰ ਰਹੇ ਇਹਦੀ ਬਾਜ਼ਾਰ 'ਚ ਕੀਮਤ ਪੈ ਜਾਏਗੀ। ਸੱਚੀ ਜੇ ਰੱਬ ਦੇ ਘਰ 'ਚ ਵੀ ਕੀਮਤ ਸੱਟਾਂ ਉੱਤੋਂ ਵੱਜਦੀਆਂ ਥੱਲੋਂ ਸਹਾਰੇ ਮਿਲਦੇ ਨੇ ਤਾਂ ਹੀ ਪੈਂਦੀ ਹੈ, ਨਹੀਂ ਤਾਂ ਇਕੱਲਾ ਸੁੱਖ ਬੰਦੇ ਨੂੰ ਬੰਦਾ ਨਹੀਂ ਨਾ ਬਣ ਦਿੰਦਾ।